ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮਹਾਰਾਜ ਦੀ ਕਿਰਪਾ ਦੇ ਨਾਲ ਵਲੌਗ ਬਣਾ ਰਹੇ ਹਾਂ ਜੀ, ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਜਾ ਰਹੇ ਹਾਂ ਜੀ ਬਨਾਰਸ ਪ੍ਰੋਗਰਾਮ 'ਤੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ, ਜੋ ਕਿ ਬਨਾਰਸ ਦੀਆਂ ਸੰਗਤਾਂ ਉੱਥੇ ਜਾ ਰਹੇ ਹਾਂ ਪ੍ਰੋਗਰਾਮ ਕਰਨ ਲਈ। ਸੋ ਸਵੇਰੇ ਅੰਮ੍ਰਿਤ ਵੇਲੇ ਅਸੀਂ ਘਰੋਂ ਨਿਕਲੇ ਹਾਂ ਆਪਣੇ ਸਵੇਰੇ, ਅਤੇ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ, ਸਿੰਘ ਸਾਹਿਬ ਸਾਰੇ ਸਾਡੇ ਨਾਲ ਹਨ, ਅਤੇ ਰਸਤੇ 'ਚ ਧੁੰਦ ਵੀ ਬਹੁਤ ਪੈ ਰਹੀ ਹੈ, ਅਤੇ ਆਪ ਜੀ ਨੂੰ ਦਿਖਾਉਂਦੇ ਹਾਂ ਜੀ ਧੁੰਦ, ਦੇਖੋ ਕਿਸ ਤਰ੍ਹਾਂ ਕਿੰਨੀ ਜ਼ਿਆਦਾ ਧੁੰਦ ਪੈ ਰਹੀ। ਭਾਈ ਸਾਹਿਬ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਹਾਰਾਜ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ, ਤੁਹਾਨੂੰ ਥੋੜ੍ਹੇ ਜਿਹੇ ਧੁੰਦ ਦੇ ਦਰਸ਼ਨ ਕਰਾਉਂਦੇ ਹਾਂ ਜੀ। ਇੱਥੇ ਪਿੱਛੇ ਵੀ ਦੇਖੋ ਭਾਈ ਸਾਹਿਬ ਦੇ ਦਰਸ਼ਨ ਕਰ ਲਓ ਨਾਲ ਵਾਲੇ ਸਾਥੀ ਦੇ। ਬੋਲੋ ਜੀ ਮਹਾਰਾਜ ਜੀ। ਇਹ ਨੀਂਦ 'ਚ ਲੱਗਦਾ ਥੋੜ੍ਹੇ ਜਿਹੇ, ਲਓ ਜੀ ਤੁਹਾਨੂੰ ਬਾਹਰ ਦੇ ਦਰਸ਼ਨ। ਇਹ ਦਰਿਆ ਤੋਂ ਲੰਘਦੇ, ਸਤਲੁਜ ਦਰਿਆ, ਹਨਾ। ਹਾਂਜੀ, ਸਤਲੁਜ ਦਰਿਆ ਤੋਂ ਆਪਾਂ ਲੰਘ ਰਹੇ ਹਾਂ ਜੀ। ਅੱਜ ਤੋਂ ਉਹ ਪੋਹ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਜੀ, ਪੋਹ ਦਾ ਮਹੀਨਾ, ਸੰਗਰਾਂਦ ਆ, ਤੇ ਪੋਹ ਦਾ ਮਹੀਨਾ ਸ਼ੁਰੂ ਹੋ ਗਿਆ ਆ। ਤੇ ਪੋਹ ਦੇ ਮਹੀਨੇ ਦੀ ਸਭ ਤੋਂ ਜ਼ਿਆਦਾ ਠੰਡ ਲੱਗਦੀ ਹੈ ਜੀ, ਉਹ ਤੁਖਾਰ ਨਾ ਵਿਆਪੀ। ਪੋਹ ਦਾ ਮਹੀਨਾ ਸ਼ੁਰੂ ਆ, ਅਤੇ ਠੰਡ ਦਾ ਵੀ ਬਸ ਪ੍ਰਤਾਪ ਸ਼ੁਰੂ ਹੋ ਗਿਆ ਜੀ ਸਾਰੇ ਬੰਨੇ। ਅਸੀਂ ਆਪ ਜੀ ਨੂੰ ਥੋੜ੍ਹਾ ਜਿਹਾ ਅੱਗੇ ਜਾ ਕੇ ਨਾ ਫਿਰ ਦਰਸ਼ਨ ਕਰਵਾਉਂਦੇ ਹਾਂ। ਕਿੱਥੇ ਪੁੱਜ ਗਏ ਸੀ ਹੁਣ? ਆਪਾਂ ਪਹੁੰਚ ਗਏ ਹਾਂ ਜੀ ਲੁਧਿਆਣੇ ਟੋਲ 'ਤੇ। ਹਾਂਜੀ ਹਾਂਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ। ਦੇਖੋ ਜੀ ਧੁੰਦ ਕਿੰਨੀ ਪੈ ਰਹੀ ਹੈ ਜੀ। ਧੁੰਦ ਦਾ ਜਿਹੜਾ ਹੈ ਇੱਕ ਆਪਣਾ ਹੀ, ਇੱਕ ਇਹਦਾ ਆਨੰਦ ਵੱਖਰਾ ਹੀ ਹੈ। ਆਨੰਦ ਵੀ ਹੈ ਤੇ ਡਰ ਵੀ ਹੈ। ਆਨੰਦ ਵੀ ਹੈ ਤੇ ਡਰ ਵੀ ਹੈ, ਸਹੀ ਗੱਲ। ਪਰ ਇਹ ਆ ਵੀ ਇਹਦੇ 'ਚ ਚਲਾਉਣ ਲਈ ਵੀ ਥੋੜ੍ਹਾ ਜਿਹਾ ਧਿਆਨ ਆਪਣਾ ਜਿਹੜਾ ਆ ਉਹ ਇਕਾਗਰ ਰੱਖਣਾ ਪੈਂਦਾ ਹੈ, ਅਤੇ ਤਾਂ ਹੀ ਚੱਲਦੀ ਹੈ। ਰਾਗ ਗਾ ਰਹੇ ਜੀ ਹੁਣੇ ਅਸੀਂ, ਰਾਗ ਭੈਰਵ, ਭੈਰਵ ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲਲਤਾ ਕੇ ਸਾਥ ਮੈਂ ਤਨਾਸਰੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਭੈਰੋ ਰਾਗ ਦਾ ਜ਼ਿਕਰ ਕੀਤਾ ਦਸਮ ਗ੍ਰੰਥ ਵਿੱਚ, ਅਤੇ ਭੈਰੋ ਰਾਗ ਜਿਹੜਾ ਆ ਬੜਾ ਕਮਾਲ ਰਾਗ ਆ, ਸਵੇਰ ਦਾ ਰਾਗ ਆ। ਆ ਸਵੇਰ ਦਾ ਜਦੋਂ ਸਵੇਰ ਹੁੰਦੀ ਹੈ ਅਤੇ ਇਹਦੇ ਵਿੱਚ ਰਾਗੀ ਆਸਾ ਦੀ ਵਾਰ ਵੀ ਲਾਉਂਦੇ, ਅਤੇ ਕੀਰਤਨੀ ਸਿੰਘ ਆਸਾ ਦੀ ਵਾਰ ਦਾ ਵੀ ਕੀਰਤਨ ਵਿੱਚ ਕਰਦੇ ਆ ਇਸ ਰਾਗ ਦੇ ਵਿੱਚ। ਸੋ ਰਾਗ ਦਾ ਆਨੰਦ ਲੈ ਰਹੇ ਸੀ, ਅਤੇ ਆਨੰਦ ਲੈਂਦਿਆਂ ਲੈਂਦਿਆਂ ਇੱਕਦਮ ਸਾਡੇ ਮਨ 'ਚ ਆ ਗਿਆ ਵੀ ਦਿਖਾਈਏ ਵੀ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ, ਅਤੇ ਗੱਡੀ ਬੜੀ ਸਾਵਧਾਨੀ ਨਾਲ ਚਲਾਉਣੀ ਪੈ ਰਹੀ ਹੈ ਜੀ। ਬਿਲਕੁਲ ਜੀ, ਬਾਕੀ ਹੁਣ ਅੱਗੇ ਜਾ ਕੇ ਤੁਹਾਨੂੰ ਮਿਲਦੇ ਹਾਂ ਜੀ। ਅੱਗੇ ਜਾ ਕੇ
ਮਾਰੇ ਕਿਰਪਾ ਕਰਨ, ਚਾਹ ਪਾਣੀ ਪੀਨੇ ਕਿਤੇ ਨਾ ਕਿਤੇ ਬਹਿ ਕੇ। ਹਾਂਜੀ ਚਲੋ ਠੀਕ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਉਹਨਾਂ ਨੇ ਜੋ ਦੁਨੀਆ 'ਤੇ ਹੋ ਰਿਹਾ ਸੀਗਾ, ਸਭ ਵਹਿਮ ਭਰਮਾਂ 'ਚ ਫਸੇ ਹੋਏ ਸੀ ਸਾਰੇ ਲੋਕ, ਉਹਨਾਂ ਨੂੰ ਮਹਾਰਾਜ ਨੇ ਦੂਰ ਕਰਕੇ ਅਤੇ ਮਹਾਰਾਜ ਨੇ ਸੱਚ ਦੇ ਨਾਲ ਜੋੜਿਆ ਅਤੇ ਸੱਚ ਦਾ ਪਹਿਰਾ ਦਿੱਤਾ ਮਹਾਰਾਜ। ਦੇਖੋ ਜੀ ਕੈਸਾ ਆਨੰਦ ਆ ਰਿਹਾ, ਫਿਰ ਧੁੰਦ, ਕਦੀ ਧੁੰਦ ਕਦੀ ਸੂਰਜ, ਹਾਂਜੀ ਵਾਹਿਗੁਰੂ ਜੀ। ਅਸੀਂ ਹੁਣ ਆ ਗਏ ਹਾਂ ਜੀ, ਥੋੜ੍ਹਾ ਬ੍ਰੇਕ ਲਿਆ ਆ ਅਤੇ ਬ੍ਰੇਕ ਲੈ ਕੇ ਅਤੇ ਠੰਡ ਦਾ ਵੀ ਆਨੰਦ ਲੈ ਰਹੇ ਹਾਂ ਅਤੇ ਹੁਣ ਅਸੀਂ ਬਸ ਥੋੜ੍ਹਾ ਜਿਹਾ ਤੋਂ ਚਾਹ ਪਾਣੀ ਛਕ ਲਈਏ, ਕਿਉਂਕਿ ਜਿੱਥੇ ਜਾਣਾ ਆ 10 ਵਜੇ ਤੱਕ ਪਹੁੰਚਣਾ ਹੈ ਅਤੇ 1/2 ਘੰਟਾ ਸਾਨੂੰ ਹੋਰ ਲੱਗਣਾ ਅਤੇ ਸਾਡਾ ਸਫ਼ਰ ਵੀ 1/2 ਘੰਟੇ ਦਾ ਹੀ ਆ ਅਤੇ ਉਹੀ ਟਾਈਮ ਸਾਡਾ ਕਵਰ ਹੋ ਜਾਣਾ ਸਾਰਾ। ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਬੜਾ ਆਨੰਦ ਬਣ ਰਿਹਾ ਆ ਅਤੇ ਆ ਜਾਓ ਅੰਦਰ ਤੁਹਾਨੂੰ ਦਿਖਾਈਏ ਹੋਟਲ ਜਿਹਦੇ ਅੰਦਰ ਅਸੀਂ ਬੈਠ ਕੇ ਆ ਰਹੇ ਹਾਂ। ਸਰਦਾਰ ਜੀ ਖੜ੍ਹੇ ਮਹਾਰਾਜ, ਇਹਨਾਂ ਕੋਲ ਕਿਹੜੀ ਚੀਜ਼ ਵਧੀਆ ਉਹ ਖਾ ਲੈਂਦੇ ਆਪਾਂ। ਬਹੁਤ ਸੋਹਣਾ ਹੈ ਵੈਸੇ, ਬੜਾ ਸੋਹਣਾ ਤਿਆਰ ਕੀਤਾ ਬੱਬੂ, ਕੁਛ ਖਾਣਾ ਚਾਹੁੰਦਾ। ਹਾਂਜੀ ਭਾਈ ਸਾਹਿਬ ਕੀ ਹੈਗਾ ਜੀ ਆਪਣੇ ਕੋਲ? ਚਲੋ ਜੀ, ਹਾਂਜੀ ਆ ਗਿਆ ਜੀ ਸਾਡਾ ਨਾਸਤਾ, ਨਾਸਤਾ ਆ ਗਿਆ ਜੀ। ਆ ਮੱਖਣ, ਸਪੈਸ਼ਲ ਮੱਖਣ ਹੈ ਜੀ ਦੇਖੋ, ਅਤੇ ਨਾਲ ਆਪਣੇ ਪਰੌਂਠਾ ਤੰਦੂਰੀ, ਮਿਕਸ ਮਿਕਸ ਪਰੌਂਠਾ ਜੀ ਹੈ। ਚਲੋ ਵਧੀਆ, ਤੁਹਾਡੇ ਹੋਟਲ 'ਤੇ ਪਹਿਲੀ ਵਾਰੀ ਆਏ ਹੈ। ਚਾਹ ਵੀ ਕਿਆ ਬਾਤ, ਚਾਹ ਵੀ ਮਾਰੇ ਕੁੱਲੜ, ਕੁੱਲੜ ਚਾਹ, ਕੁੱਲੜ ਚਾਹ ਸਪੈਸ਼ਲ, ਕਿਆ ਬਾਤ ਹੈ, ਬਹੁਤ ਸਵਾਦ ਹੈ। ਹੁਣ ਅੱਜ ਅੱਜ ਪੂਰਾ ਨਜ਼ਾਰਾ ਹੁੰਦਾ, ਆਨੰਦ ਲੈਂਦੇ ਜੀ। ਚਲੋ ਜੀ ਛਕੀਏ ਜੀ ਫਿਰ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ ਬਿਲਕੁਲ ਜੀ। ਇਹਦਾ ਇੱਕ ਇਹਦੀ ਇੱਕ ਬਾਈਟ ਲੈ ਕੇ ਤੁਹਾਨੂੰ ਦੱਸਦੇ ਹਾਂ। ਹਾਂਜੀ ਹਾਂਜੀ, ਇਹਦਾ ਕਿੱਦਾਂ ਦਾ ਆਨੰਦ ਆ, ਕਿਉਂਕਿ ਸਵੇਰ ਦੇ ਨਿਕਲੇ ਆਪਾਂ 4 ਵਜੇ ਦੇ ਘਰੋਂ ਅਤੇ ਬਸ ਥੋੜ੍ਹੀ ਜਿਹੀ ਚਾਹ ਹੀ ਪੀਤੀ ਰਸਤੇ 'ਚ। ਕਿਹੜੇ ਕਿਹੜੇ ਢਾਬੇ ਤੋਂ? ਲੱਕੀ, ਲੱਕੀ ਢਾਬੇ ਦਾ। ਵਾਹ ਬਹੁਤ ਸਵਾਦ ਹੈ। ਹਾਂਜੀ ਆਨੰਦ ਆ ਜੀ, ਆਨੰਦ ਪੂਰਾ ਆਨੰਦ ਜੀ। ਵਾਹ ਵਾਹ ਬੜਾ ਆਨੰਦ ਆ, ਬਹੁਤ ਸਵਾਦ ਬਣਿਆ ਭਾਜੀ, ਸਾਰੇ ਆਓ ਇੱਕ ਕੋਈ ਢਾਬੇ। ਹਾਂਜੀ ਆ ਕੇ ਆ ਖਾਓ, ਚਾਰ ਮੰਗਾਓ, ਚਾਰ ਅਚਾਰ ਹੋਣਾ, ਚਾਰ ਚਾਹੀਦਾ।
ਹੈਗਾ। ਰਾਗੀਆਂ ਨੂੰ ਵੈਸੇ ਚਾਰ ਕਹਿੰਦੇ ਖਾਣਾ ਨਹੀਂ ਚਾਹੀਦਾ, ਪਰ ਜਿਹਨੂੰ ਸ਼ੂਟ ਕਰਦਾ ਉਹ ਖਾ ਵੀ ਲਵੇ ਕਿ ਨਹੀਂ? ਬਿਲਕੁਲ ਬਿਲਕੁਲ, ਜਿਹਨੂੰ ਸ਼ੂਟ ਕਰਦਾ ਉਹ ਖਾ ਸਕਦਾ, ਖਾ ਲੈਣਾ ਚਾਹੀਦਾ ਮੇਰੇ ਹਿਸਾਬ, ਖਾਣਾ ਚਾਹੀਦਾ ਚਾਰ, ਇਹਦਾ ਇੱਕ ਆਪਣਾ ਆਨੰਦ ਆ। ਬਿਲਕੁਲ ਬਿਲਕੁਲ, ਲਓ ਅੱਬੂ ਜੀ ਚਾਰ ਲਓ, ਵਾਹ ਜੀ ਵਾਹ, ਲਓ ਜੀ ਤੁਹਾਨੂੰ ਪ੍ਰਸ਼ਾਦਾ ਖਾ ਕੇ ਫਿਰ ਮਿਲਦੇ ਆਪਾਂ। ਹਾਂਜੀ ਹਾਂਜੀ, ਹੁਣ ਅਸੀਂ ਖਾਣਾ ਖਾ ਲਿਆ ਹੈ ਜੀ, ਅਤੇ ਅਸੀਂ ਜਾ ਰਹੇ ਹਾਂ ਜੀ, ਸੋ ਅੱਗੇ ਮਿਲਦੇ ਹਾਂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ, ਲੰਗਰ ਛਕ ਰਹੇ ਜੀ, ਹੁਣ ਕੀਰਤਨ ਕਰ ਲਿਆ ਅਸੀਂ ਅਤੇ ਮਹਾਰਾਜ ਦੀ ਕਿਰਪਾ ਨਾਲ ਲੰਗਰ ਛਕ ਰਹੇ ਹਾਂ ਜੀ। ਦੇਖੋ ਹਾਂਜੀ ਵੀਰ ਜੀ, ਆਨੰਦ ਆ ਰਿਹਾ ਜੀ, ਬਹੁਤ ਆਨੰਦ ਆ ਰਿਹਾ ਜੀ, ਧੁੱਪ ਦਾ ਨਜ਼ਾਰਾ ਲੈ ਜੀ, ਆ ਰਿਹਾ ਆਨੰਦ, ਚੁੱਕੋ ਪੁੰਡ, ਠੀਕ ਹੈ ਠੀਕ ਹੈ। ਹਾਂਜੀ ਵਾਹਿਗੁਰੂ ਜੀ, ਆਹ ਦੇਖੋ ਜੀ ਸਾਡੀ ਥਾਲੀ, ਅਸੀਂ ਪਹੁੰਚ ਗਏ ਹਾਂ ਜੀ, ਬਸ ਮਹਾਰਾਜ ਦੀ ਕਿਰਪਾ ਦੇ ਨਾਲ ਜਾ ਰਹੇ ਹਾਂ, ਅਤੇ ਹੁਣ ਅਸੀਂ ਪ੍ਰੋਗਰਾਮ ਕਰ ਲਿਆ ਹੈ, ਅਤੇ ਪ੍ਰੋਗਰਾਮ ਕਰਨ ਤੋਂ ਬਾਅਦ ਬਸ ਅਸੀਂ ਹੁਣ ਰਸਤੇ ਜਾ ਰਹੇ ਹਾਂ, ਅਤੇ ਦੇਖੋ ਜੀ ਬੱਬੂ ਸਿੰਘ ਜੀ ਗੱਡੀ ਚਲਾ ਰਹੇ ਹਨ, ਭਾਈ ਸਾਹਿਬ ਜੀ ਇੱਥੇ ਬੈਠੇ ਹਨ ਜੀ, ਅਸੀਂ ਕੱਪੜੇ ਵੀ ਚੇਂਜ ਕਰ ਲਏ ਨੇ, ਕੱਪੜੇ ਵੀ ਚੇਂਜ ਕਰ ਲਏ ਜੀ, ਤਾਂ ਕਿ ਮੈਂ ਕਿਹਾ ਉੱਥੇ ਕੁੜਤੇ ਗੰਦੇ ਹੋਏ ਨੇ ਕਈ ਵਾਰੀ, ਹਾਂਜੀ ਹਾਂਜੀ, ਫਿਰ ਵਧੀਆ ਰਹਿੰਦਾ ਲੁਕਸ ਲਾਈ। ਹਾਂਜੀ ਰੋਕੇ ਹਾਂ ਜੀ ਥੋੜ੍ਹੀ ਚਾਹ ਪੀਣ ਲਈ, ਅਤੇ ਚਾਹ ਪੀਏ ਕਿਉਂਕਿ ਕਾਫੀ ਸਫ਼ਰ ਲੰਮਾ ਕਰ ਲਿਆ, ਅਤੇ ਇਸ ਕਰਕੇ ਥੋੜ੍ਹੀ ਥਕਾਵਟ ਵੀ ਹੋ ਗਈ ਹੈ, ਅਤੇ ਹੁਣ ਰੁਕੇ ਹਾਂ ਅਸੀਂ, ਤੁਹਾਨੂੰ ਦਿਖਾਉਂਦੇ ਆ ਵਿਊ ਬੜਾ ਸੋਹਣਾ ਹੈ, ਅਸੀਂ ਕਿਹਾ ਵੀ ਕੱਪੜੇ ਵੀ ਚੇਂਜ ਕਰ ਲਏ ਅਸੀਂ ਕਿ ਉਹ ਰਸਤੇ 'ਚ ਜਾਣਾ ਆ, ਫਲਾਈਟ 'ਚ ਬਹਿਣਾ ਆ, ਇਸ ਕਰਕੇ ਹਾਂਜੀ ਚਲੋ। ਹਾਂਜੀ ਭਾਈ ਸਾਹਿਬ, ਹਾਂਜੀ ਹਾਂਜੀ, ਔੜੇ ਕ੍ਰਿਸ਼ਨਾ ਢਾਬੇ 'ਤੇ ਬੈਠੇ, ਕ੍ਰਿਸ਼ਨਾ ਢਾਬੇ 'ਤੇ, ਬਹੁਤ ਸੋਹਣਾ ਇਹਨਾਂ ਨੇ, ਕ੍ਰਿਸ਼ਨਾ ਢਾਬੇ, ਥੋੜ੍ਹੀ ਆਵਾਜ਼ ਨਹੀਂ ਆ ਰਹੀ, ਆਵਾਜ਼ ਥੋੜ੍ਹੀ ਘੱਟ ਸਾਡੀ ਆਏਗੀ ਤਾਂ, ਆਵਾਜ਼ ਸੜਕ ਦੀ ਆ ਰਹੀ, ਹਾਂਜੀ ਹੋਰ ਗੱਡੀਆਂ ਦੀ ਬਹੁਤ ਆਵਾਜ਼ ਹੈ, ਗੱਡੀਆਂ ਦੀ ਆਵਾਜ਼ ਆ ਰਹੀ, ਗੱਡੀਆਂ ਦੀ ਆਵਾਜ਼, ਚਾਹ ਵਧੀਆ ਜੀ, ਬਹੁਤ ਵਧੀਆ ਬਣੀ, ਚਲੋ ਮੈਂ ਵੀ ਛੱਕ ਲਾ ਚਾਹ ਕਿੱਦਾਂ ਹੈ ਸਰ, ਆਹਾ ਸਹੀ ਹੈ, ਬਹੁਤ ਸਵਾਦ, ਚੈੱਕ ਕਰੀਏ ਜੀ ਥੋੜ੍ਹਾ, ਚੈੱਕ ਕਰੀਏ ਛੇਤੀ ਛੇਤੀ ਚਾਹ ਪੀ ਕੇ ਅੱਗੇ ਜਾਵਾਂਗੇ, ਥੋੜੇ ਜਿਹੇ ਅਸੀਂ ਲੇਟ ਚੱਲ ਰਹੇ, ਓਕੇ ਜੀ ਮਿਲਦੇ ਆ ਰਸਤੇ 'ਚ ਫਿਰ। ਜਾਮ ਬਹੁਤ ਜ਼ਿਆਦਾ ਜੀ ਰਸਤੇ 'ਚ, ਦਿੱਲੀ 'ਚ ਆ ਗਏ ਹਾਂ ਪਰ ਜਾਮ ਨੇ ਤਾਂ ਕਮਾਲ ਕਰ ਦਿੱਤੀ ਜੀ, ਇੱਧਰ ਕੂੜੇ ਵਾਲੇ ਪਹਾੜ ਵੀ ਦਿਖਾਓ ਜੀ ਨਵੇਂ, ਸੰਗਤ ਨੂੰ ਕੂੜੇ ਵਾਲੇ ਪਹਾੜ ਚੈੱਕ ਕਰੋ, ਵੱਡਾ ਤਲਾਬ ਉੱਪਰ ਦੀ ਦਿਖਾ ਦਿਓ, ਇੱਧਰ ਦੀ ਕੱਢ ਕੇ ਜਾਮ ਚੈੱਕ ਕਰੋ ਜੀ, ਜਾਮ ਜਾਮ ਬਹੁਤ ਜ਼ਿਆਦਾ,
ਹਾਂਜੀ ਹਾਂਜੀ ਕੱਢੋ। ਵਾਹਿਗੁਰੂ ਜੀ ਵਾਹਿਗੁਰੂ ਜੀ। ਹਾਂਜੀ ਮਹਾਰਾਜ ਦੀ ਕਿਰਪਾ ਨਾਲ ਏਅਰਪੋਰਟ ਤੇ ਪਹੁੰਚ ਗਏ ਹਾਂ ਜੀ ਤੇ ਬੜਾ ਆਨੰਦਮਈ ਬਣਦਾ ਪਿਆ, ਆਨੰਦਮਈ ਬਣਦਾ ਇੱਧਰ ਵੀ ਚੱਲਦੇ ਆ, ਬੜਾ ਆਨੰਦ ਬਣ ਰਿਹਾ ਜੀ। ਆਜੋ 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 ਆਜੋ, ਤੁਰਨਾ ਵੀ ਹੈ ਥੋੜਾ ਥੋੜਾ, ਫਿਰ ਹੀ ਆਪਣਾ ਸਫ਼ਰ ਖਤਮ ਹੋਣਾ, ਉਹ ਅੱਗੇ ਤੁਸੀਂ ਅੱਗੇ ਜਾਗੇ ਨਾ ਠੀਕ ਹੈ ਠੀਕ ਹੈ। ਵਾਹ ਵਾਹ ਆਪਣਾ ਇੰਡੀਆ ਦਾ, ਹੋਰ ਸਾਰੇ ਏਅਰਪੋਰਟ ਕਈ ਦੇਖੇ ਅਸੀਂ, ਕੈਨੇਡਾ ਦਾ ਵੀ, ਆਸਟ੍ਰੇਲੀਆ ਦਾ ਵੀ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਸਾਰੇ, ਪਰ ਥਾਈਲੈਂਡ ਦਾ ਬਹੁਤ ਵਧੀਆ ਪਰ ਆਪਣੇ ਇੰਡੀਆ ਦਾ ਵੀ ਬਹੁਤ ਵਧੀਆ। ਹਾਂਜੀ ਅਸੀਂ ਹੁਣ ਜਹਾਜ਼ 'ਚ ਬੈਠਣ ਲੱਗੇ ਜੀ, ਸਾਡਾ ਬੋਰਡਿੰਗ ਹੈ ਅਤੇ ਜਹਾਜ਼ 'ਚ ਬੈਠਣ ਲੱਗੇ ਹਾਂ ਜੀ, ਹੁਣ ਲਾਈਨ 'ਚ ਲੱਗੇ ਹਾਂ। ਚਲੋ ਅੰਦਰ ਬਹਿ ਕੇ ਗੱਲ, ਸਾਰੇ ਸਾਰੇ ਅਲੱਗ ਅਲੱਗ ਆਏ ਆ, ਵਾਰਾਣਸੀ 'ਚ ਸਾਰਾ ਪੂਰਾ ਮੇਰੇ ਖਿਆਲ ਨਾਲ ਸੰਸਾਰ ਹੀ ਜਾਂਦਾ ਉੱਥੇ, ਵਾਰਾਣਸੀ ਬਹੁਤ ਜ਼ਿਆਦਾ ਜਾਂਦੇ ਆ, ਵਾਰਾਣਸੀ ਕਿਉਂਕਿ ਟੂਰਿਸਟ ਪਲੇਸ ਹੈ ਨਾ, ਓਕੇ ਉੱਥੇ ਜ਼ਿਆਦਾਤਰ ਸਾਰੇ ਹੀ ਜਾਂਦੇ ਆ ਅਤੇ ਚਲੋ ਸਾਰੇ ਬੈਠਣ ਦੇ, ਆਪਾਂ ਵੀ ਬੈਠੀਏ ਫਿਰ ਅਤੇ ਕਰਦੇ ਗੱਲ ਕਰਦੇ। ਸਾਡੇ ਬੜੇ ਅਜ਼ੀਜ਼ ਹੈ ਜੀ, ਸਾਡੇ ਜਲੰਧਰ ਤੋਂ ਬੜੇ ਅਜ਼ੀਜ਼ ਸੰਦੀਪ ਵੀਰ ਜੀ, ਦਿਲਰਬਾ ਅੱਜ ਅਚਾਨਕ ਮੁਲਾਕਾਤ, ਬੜੇ ਅੱਛੇ ਫਨਕਾਰ ਆ ਅਤੇ ਮਹਾਰਾਜ ਦੀ ਕਿਰਪਾ ਤੇ ਪਿਛਲੀ ਵਾਰੀ ਆਪਾਂ ਬਨਾਰਸ ਹੀ ਮਿਲੇ ਸੀ ਹੈ ਨਾ, ਬਨਾਰਸ ਅਲੰਕਾਰ ਜੀ ਨਾਲ ਅੱਜ ਅਸੀਂ ਆ ਰਹੇ ਨਾਲ ਜਾ ਰਹੇ ਹਾਂ, ਦੇਖੋ ਕੈਸਾ ਮਹਾਰਾਜ ਨੇ ਸਵਾਗਤ ਬਣਾਇਆ। ਇਹ ਮਹਾਰਾਜ ਜੀ ਇਸ ਤਰ੍ਹਾਂ ਹੀ ਜਿਹੜੇ ਗੁਣੀ ਜਾਣੇ ਉਹਨਾਂ ਦੇ ਮਹਾਰਾਜ ਦਰਸ਼ਨ ਕਰਾਉਂਦੇ ਰਹਿਣ,
ਤੁਹਾਡੇ ਤੇ ਅਸੀਂ ਰਸਤੇ 'ਚ ਵੀ ਜ਼ਿਕਰ ਕਰਦੇ ਆ ਰਹੇ ਤੁਹਾਡਾ ਮਹਾਰਾਜ ਬੜੀ ਜਗਮੋਹਨ ਜੀ ਉਹ ਵੀ ਬੜੇ ਅੱਛੇ ਆ ਨਹੀਂ ਬਿਲਕੁਲ ਜਗਮੋਹਨ ਜੀ ਦਾ ਵੀ ਕਿਆ ਬਾਤ ਹੈ ਮੈਂ ਤੁਹਾਡਾ ਵੀ ਤੁਹਾਡਾ ਵੀ ਤੁਸੀਂ ਵੀ ਲੱਗੇ ਹੋ ਹਾਂਜੀ ਭਾਜੀ ਬੜੇ ਸਾਲ ਇਕੱਠੇ ਅਸੀਂ ਰਹੇ ਹਾਂ ਕਿਆ ਬਾਤ ਹੈ ਨਹੀਂ ਗੁਣੀ ਮਹਾਰਾਜ ਤੁਸੀਂ ਬੜੀ ਬਖਸ਼ਿਸ਼ ਹੈ ਤੁਹਾਡੇ ਜਿਹੜੇ ਗੁਣੀ ਆ ਮਹਾਰਾਜ ਜੀ ਤੇ ਬਖਸ਼ਿਸ਼ ਆ ਹਾਂਜੀ ਬੱਬੂ ਬੱਬੂ ਕਿਆ ਬਾਤ ਸੁਰੀਲਾ ਬੰਦਾ ਸੁਰੀਲਾ ਸੁਰੀਲਾ ਹਾਂਜੀ ਹਾਂਜੀ ਚਲੋ ਬਹੁਤ ਧੰਨਵਾਦ ਜੀ ਮਹਾਰਾਜ ਹੈਪੀ ਜਰਨੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਹਾਂਜੀ ਪਾਇਲਟ ਸਾਹਿਬ ਨੂੰ ਸਲਾਮ ਕਰ ਦੀਏ ਥੈਂਕ ਯੂ ਵਧੀਆ ਲੈ ਕੇ ਜਾਇਆ ਚਲੋ ਚਲੀਏ ਚਲੋ ਜੀ ਪਾਇਲਟ ਸਾਹਿਬ ਨੂੰ ਸਾਨੂੰ ਹੈਲੋ ਕਰਤੀ ਹਾਂਜੀ ਹੈਲੋ ਕਰਤੀ ਪਾਇਲਟ ਸਾਹਿਬ ਨੂੰ ਬੁਲਾ ਲਿਆ ਖੁਸ਼ ਹੋ ਗਏ ਖੁਸ਼ ਹੋ ਗਏ ਚਲੋ ਅੰਦਰ ਬਹਿੰਦੇ ਹੁਣ ਆਪਾਂ ਆਹ ਨਾ ਆਪਾਂ ਨੂੰ ਪਿਆਸ ਬੜੀ ਲੱਗੀ ਤੇ ਲਜਾਜ ਉੱਡਿਆ ਨਹੀਂ ਆ ਤੇ ਪਰ ਸਾਨੂੰ ਇਹਨਾਂ ਨੇ ਪਾਣੀ ਦਿੱਤਾ ਆਪਾਂ ਮੰਗਿਆ ਨਾ ਪਾਣੀ ਤੇ ਦੇ ਦਿੱਤਾ ਇਹਨਾਂ ਨੇ ਕਿਹਨੇ ਸਪੈਸ਼ਲ ਪਾਣੀ ਦੇਣ ਵਾਸਤੇ ਆਏ ਹਾਂਜੀ ਹਾਂਜੀ ਵਾਹਿਗੁਰੂ ਜੀ ਹੁਣ ਅਸੀਂ ਬਹਿ ਗਏ ਆ ਵੈਸੇ ਸੀਟਾਂ ਤੇ ਵਾਹ ਵਾਹ ਅੱਜ ਥੋੜਾ ਦਿਖਾ ਦਿਓ ਬਾਹਰ ਦਾ ਏਰੀਆ ਵੀ ਭਾਈ ਸਾਹਿਬ ਬਾਹਰ ਜਾ ਜੀ ਦਰਸ਼ਨ ਕਰਾਓ ਜੀ ਇੱਕ ਫੋਨ ਨਾ ਬਾਹਰ ਛੱਡ ਦਿਓ ਕੋਈ ਨਹੀਂ ਬਾਹਰ ਵਾਹ ਜੀ ਲਓ ਹਾਂਜੀ ਪਹੁੰਚ ਗਏ ਜੀ ਅਸੀਂ ਜੀ ਪਹੁੰਚ ਗਏ ਜੀ ਏਅਰਪੋਰਟ ਤੇ ਬਨਾਰਸ ਦੇ ਸਮਾਨ ਲੈਣ ਲੱਗੇ ਬਸ ਆਪਣਾ ਸਮਾਨ ਬਨਾਰਸ ਮੋਦੀ ਸਾਹਿਬ ਦੇਖੋ ਫੋਟੋਆਂ ਲੱਗੀਆਂ ਮੋਦੀ ਸਾਹਿਬ ਦੀ ਕਾਫੀ ਜ਼ਿਆਦਾ ਦੇਖੋ ਜੀ ਬਨਾਰਸ ਦਾ ਏਅਰਪੋਰਟ ਆ ਸਾਡਾ ਸਮਾਨ ਆ ਗਿਆ ਸਾਰਾ ਦੇਖੋ ਭਾਜੀ ਪੂਰੇ ਨਾ ਸਮਾਨ ਕੋਈ ਰਹਿਤ ਨਹੀਂ ਗਿਆ ਮਾੜਾ ਚੈੱਕ ਕਰ ਲਓ ਦੇਖੋ ਜੀ ਭਾਈ ਸਾਹਿਬ ਨੇ ਮੈਂ ਇਹ ਮੇਰੀ ਕਲਾਕਾਰੀ ਆ ਖੋਲੇਗਾ ਕੌਣ ਹਾਂ ਮੈਂ ਖੋਲਾਂਗਾ ਮਹਾਰਾਜ ਤੁਹਾਡਾ ਸਮਾਨ ਸੇਫਲੀ ਆਪਾਂ ਲੈ ਆਏ ਹਾਂ ਨਹੀਂ ਤਾਂ ਇਹ ਛੋਟਾ ਜਿਹਾ ਬੈਗ ਸੀ ਨਾ ਪ੍ਰੋਬਲਮ ਹੋ ਸਕਦੀ ਆਹ ਵੀ ਰੱਖੋ ਅੱਗੇ ਗੱਡੀ ਲੈਣ ਵਾਲਾ ਪਹੁੰਚਿਆ ਉੱਪਰ ਚਲੋ ਜੀ ਚਲੀਏ ਜੀ ਹਾਂਜੀ ਬੱਬੂ ਜੀ ਆਜੋ ਜੀ ਆਜੋ ਜੀ ਬਸ ਸਾਡੀ ਤਿਆਰੀ ਹੈ ਜੀ ਹੁਣ ਸਾਰਾ ਸਰ ਸਤਿ ਸ਼੍ਰੀ ਅਕਾਲ
ਇਹ ਸਾਡੇ ਬਨਾਰਸ ਦੇ ਵੀਰ ਜੀ ਸਾਨੂੰ ਲੈਣ ਲਈ ਆਏ, ਬੜਾ ਪਿਆਰ ਕਰਦੇ ਜੀ। ਪੰਜਵੀਂ ਵਾਰੀ ਇਹਨਾਂ ਦੇ ਕੋਲ ਆ ਗਏ ਹਾਂ ਅਤੇ ਇਹ ਮਹਾਰਾਜ ਦੀ ਬਖਸ਼ਿਸ਼ ਆ। ਇਹ ਸਾਡੇ ਜੀ ਵੀਰ ਜੀ ਜਗਮੋਹਨ ਸਿੰਘ ਜੀ ਤਬਲਾ ਤਬਲਾ ਵਾਂਗ ਮਾਲ ਦਿੱਤਾ ਅਤੇ ਦੇਖੋ ਜੀ ਬਨਾਰਸ ਦਾ ਬੜਾ ਵਧੀਆ ਦ੍ਰਿਸ਼ ਹੈ ਇੱਥੋਂ ਦਾ। ਏਅਰਪੋਰਟ ਦਾ ਆਹ ਕੀ ਚੀਜ਼ ਬਣਾਈ ਜੀ? ਹਾਂਜੀ ਹਾਂਜੀ ਉਹ ਜਿਹੜਾ ਅੱਛਾ ਅੱਛਾ ਓਕੇ ਓਕੇ ਬੜਾ ਕਮਾਲ ਬਣਾਇਆ ਜੀ, ਬਹੁਤ ਕਮਾਲ ਬਣਾਇਆ। ਹਾਂਜੀ ਅਸੀਂ ਹੁਣ ਬੈਠ ਗਏ ਹਾਂ ਜੀ ਗੱਡੀ ਦੇ ਵਿੱਚ ਅਤੇ ਸਮਾਨ ਸਾਡਾ ਸਾਰਾ ਅਤੇ ਦੇਖੋ ਗੱਡੀ ਕਿੰਨੀ ਖੁੱਲ੍ਹੀ ਹੈ, ਸਮਾਨ ਸਮੂਹ ਸਾਰਾ ਆ ਗਿਆ ਵਿੱਚ ਵਧੀਆ। ਹਾਂਜੀ ਆਹ ਦੇਖੋ ਮਹਾਰਾਜ ਆਨੰਦ ਆ ਰਿਹਾ ਜੀ, ਬਹੁਤ ਆਨੰਦ ਆ ਰਿਹਾ। ਖੁੱਲ੍ਹੇ ਖੁੱਲ੍ਹੇ ਹੋ ਕੇ ਬੈਠੇ ਹੋਏ ਸਾਰੇ ਦਰਸ਼ਨ ਹੋ ਗਏ ਜੀ ਮਹਾਰਾਜ ਦੀ ਕਿਰਪਾ ਨਾਲ। ਚਲੋ ਲਓ ਜੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਆ ਗਏ ਜੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਥਾਨ ਹੈ ਜੀ, ਕੱਲ੍ਹ ਤਾਰਨ ਗੁਰੂ ਨਾਨਕ ਆਇਆ ਰਾਤ ਦੇ 9:30 ਹੋ ਗਏ ਆ ਜੀ ਅਤੇ ਤਿਆਰ ਦਾਸਾਂ ਦਾ ਪ੍ਰੋਗਰਾਮ ਇਸ ਤਰੀਕੇ ਦਾ ਪ੍ਰੋਗਰਾਮ ਹੈ। ਸੋ ਸਮਾਨ ਸਿੰਘ ਲਾ ਰਹੇ ਆ ਗੱਡੀ 'ਚੋਂ, ਲੱਥ ਗਿਆ ਜੀ ਭਾਈ ਸਾਹਿਬ ਜੀ ਸਮਾਨ। ਇੱਥੇ ਹੀ ਸਮਾਪਤੀ ਹੈ ਵਲੋਗ ਦੀ, ਅਸੀਂ ਬਨਾਰਸ ਪਹੁੰਚ ਚੁੱਕੇ ਹਾਂ ਅਤੇ ਅੱਜ ਦਾ ਜੋ ਸਫ਼ਰ ਹੈ ਬਹੁਤ ਵਧੀਆ ਰਿਹਾ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ। ਅੱਜ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਹੈ, ਸੋ ਸੰਗਤਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਸੰਗਤਾਂ ਇਸੇ ਤਰ੍ਹਾਂ ਨਾਮ ਨਾਲ ਬਾਣੀ ਨਾਲ ਜੁੜਨ ਅਤੇ ਆਪਣਾ ਜੀਵਨ ਸਫਲਾ ਕਰਨ। ਕੱਲ੍ਹ ਦਾ ਦਿਨ ਹੈ ਜੋ ਕੱਲ੍ਹ 17 ਦਸੰਬਰ ਹੈ, 17 ਦਸੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹਾਦਤ ਭਰਿਆ ਦਿਨ ਹੈ। ਸੋ ਇੱਥੇ ਦੀਆਂ ਸੰਗਤਾਂ ਨੇ ਮਨਾਉਣਾ ਹੈ, ਉਹਨਾਂ ਦੇ ਨਾਲ ਰਲ ਕੇ ਅਸੀਂ ਸਵੇਰ ਦੀ ਹਾਜ਼ਰੀ ਭਰਾਂਗੇ। ਸੋ ਬਨਾਰਸ ਦਾ ਜੋ ਅਗਲਾ ਜੋ ਬਲੌਗ ਹੈ ਉਹ ਆਪ ਜੀ ਨੂੰ ਨੈਕਸਟ ਅਸੀਂ ਦਿਖਾਵਾਂਗੇ। ਇੱਥੇ ਇਸ ਬਲੌਗ ਦੀ ਸਮਾਪਤੀ ਹੈ। ਸੋ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਣਾਓ ਮੈਂ ਵੀ ਘੁਮਾ ਦਿੱਤਾ ਨੇ।